ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ। ਵੀਰੋ, ਇਹ ਜਕਾਰਾ ਕਾਲਪੁਰਖ ਪਰਮਾਤਮਾ ਦਾ ਆਪਣਾ ਪੂਰਾ ਅਸਲੀ ਨਾਮ ਹੈ, ਜਿਹੜਾ 994 ਚੌਕੜੀ ਯੁਗ ਬਾਅਦ ਉਹਨੇ ਆਣ ਕੇ ਕਲ ਕਲਕੀ ਅਵਤਾਰ ਬਣ ਕੇ ਨੇ ਕਲੰਕ ਅਮਾਮ ਮਹਿੰਦੀ ਅਰਸ਼ੀ ਅੱਬਾ ਮੇਤਰੀ ਬੁੱਧਾ ਬਣ ਕੇ ਦਿੱਤਾ ਹੈ। ਇਸ ਜੋ ਮੈਂ ਹੁਣ ਬੋਲ ਰਿਹਾ, ਮੇਰਾ ਨੰਬਰ ਹੈ 9419727317313। ਦਾਸ ਆਪਕੇ ਸਾਥ ਵਿਚਾਰ ਕਰ ਰਹੇ ਹਨ ਕਿ ਜਿਹਨੇ ਚੰਗੇ ਚੰਗੇ ਕੰਮ ਕੀਤੇ ਨੇ ਪਰਮਾਤਮਾ ਉਹਨਾਂ ਨੂੰ ਵਾਰ ਵਾਰ ਮਾਤਲੋਕ 'ਚ ਭੇਜਦਾ, ਉਹ ਚੰਗੇ ਹੀ ਕੰਮ ਕਰਦੇ ਨੇ। ਰਾਜਾ ਜਨਕ ਹੀ ਸਤਿਗੁਰੂ ਨਾਨਕ ਬਣਿਆ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਹਿਲੇ ਈਸਾ ਦਾ ਜਾਮਾ ਸੀ, ਰਿਗ ਰਿਸ਼ੀ ਬਣੇ, ਗੁਰੂ ਗੋਬਿੰਦ ਸਿੰਘ ਬਣੇ, ਹੁਣ ਪਰਮਾਤਮਾ ਨਾਲ ਮਾਤਲੋਕ ਵਿੱਚ ਸਭ ਸਤਿਗੁਰੂ ਬਣ ਕੇ ਆਏ। ਭਗਤ ਰਵਿਦਾਸ ਪਹਿਲੇ ਬਰਮਾ ਦਾ ਪੁੱਤਰ ਸੀ, ਫਿਰ ਭਗਤ ਰਵਿਦਾਸ ਬਣ ਗਿਆ, ਹੁਣ ਉਹ ਗੁਰਮੁਖ ਸਿੰਘ ਬਣ ਕੇ ਭਲਾਈਪੁਰ ਵਿੱਚ ਆ ਗਿਆ। ਇਹ ਜਿਹੜੇ ਇਸੇ ਚਾਲੀ ਉਹ ਜਿਹੜੇ ਗੋਬਿੰਦ ਦੇ ਬੱਚੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ, ਉਹ ਹੁਣ ਇੰਦਰ ਅਤੇ ਸ਼ਿਵਜੀ ਦੀ ਪਦਵੀ ਵਿੱਚ ਚਲੇ ਗਏ, ਗੁਰੂ ਤੇਗ ਬਹਾਦਰ ਬਰਮਾ ਦੀ ਪਦਵੀ ਵਿੱਚ ਚਲਾ ਗਿਆ। ਇਸੇ ਚਾਲੀ ਜਿਹੜੇ ਚੰਗੇ ਕੰਮ ਕਰਦੇ ਨੇ ਉਹ ਮਾਤ ਰੂਪ 'ਚ ਆਉਂਦੇ ਰਹਿੰਦੇ ਨੇ ਔਰ ਆ ਕੇ ਸਾਨੂੰ ਸਿੱਖਿਆ ਦਿੰਦੇ ਨੇ। ਅਸੀਂ ਵੀ ਇਹਨਾਂ ਤੋਂ ਕੁਝ ਸਿੱਖੀਏ ਕਿ ਇੱਕ 'ਤੇ ਵਿਸ਼ਵਾਸ ਰੱਖਣਾ, ਇੱਕ ਦੀ ਓਟ ਰੱਖਣਾ, ਇੱਕ 'ਤੇ ਭਰੋਸਾ ਰੱਖਣਾ, ਤਾਂ ਹੀ ਭਗਤ ਬਣ ਸਕਦਾ ਹੈ। ਭਗਤ ਕਿਤੇ ਵੀ ਰਾਈਟ ਲੈਫਟ ਕਿਸੇ ਕੋਲ ਨਹੀਂ ਜਾਂਦਾ ਬਗੈਰ ਰੱਬ ਤੋਂ, ਕਿਉਂਕਿ ਪਹਿਲਾਂ ਬੰਦਾ ਸਿੱਖ ਬਣਦਾ, ਫਿਰ ਗੁਰਮੁਖ ਬਣਦਾ, ਫਿਰ ਸੰਤ ਬਣਦਾ, ਫਿਰ ਭਗਤ ਬਣਦਾ। ਭਗਤ ਪਰਮਾਤਮਾ ਤਾਂ ਹੀ ਮਨਾਉਂਦਾ ਜੇ ਉਹਦੇ ਉੱਪਰ ਮਿਹਰ ਦੀ ਨਜ਼ਰ ਆ ਜਾਵੇ, ਔਰ ਭਗਤ ਕੋਈ ਆਪਣੀ ਕਰਨੀ ਕਰਨ ਨਹੀਂ ਬਣਦਾ, ਉਹਨੂੰ ਪਰਮਾਤਮਾ ਮਿਹਰ ਦੇ ਤਰਸ ਕਰੇ ਤਾਂ ਹੀ ਬਣਦਾ। ਅੱਜ ਭਗਤ ਰਵਿਦਾਸ ਦੀ ਗੱਲ ਕਰੀਏ, ਜਿਹੜਾ ਕਿ ਬੜਾ ਸਰਮਣੀ ਟੋਟੀ ਦਾ ਭਗਤ ਹੋਇਆ ਹੈ, ਬੜਾ ਅੱਛਾ। ਉਹ ਆਪਣੀ ਕਹਾਣੀ ਆਪ ਹੁਣ ਲਗਾ ਦੱਸਣ, ਇਹ ਹਰਬਾਣੀ ਦੇ ਥਰੂ, ਹਰਬਾਣੀ ਜਿਹੜੀ ਹਰੀ ਨੇ ਬਖਸ਼ਿਸ਼ ਕੀਤੀ 994 ਚੌਕੜੀ ਯੁਗ ਬਾਅਦ, ਗੁਰਬਾਣੀ ਗੁਰੂਆਂ ਨੇ ਬਖਸ਼ਿਸ਼ ਕੀਤੀ, ਪੈਗਾਮ ਪੈਗੰਬਰਾਂ ਨੇ ਦਿੱਤੇ, ਹੁਣ ਪਰਮਾਤਮਾ ਆਪਣੀ ਹਰਬਾਣੀ 'ਚ ਲਗਾ ਦੱਸਣ। ਰਵਿਦਾਸ ਕੇ ਇੱਕ ਦਿਨ ਮਾਂ ਮੇਰੀ ਸੀ ਅੱਕੀ, ਮੇਰੇ ਸਿਰ ਵਿੱਚ ਲੱਫੜ ਦਿੱਤਾ ਲਗਾਈ ਆ, ਮੈਂ ਉਸ ਵੇਲੇ 1400 ਦਾਣੇ ਮੱਕੀ ਦੰਦਾਂ ਨਾਲ ਦਵਾਈ ਆ, ਫਿਰ ਉਸ ਮੇਰੀ ਘੁੱਟੀ ਸੰਘੀ ਕਿੱਥੋਂ ਮੇਰਾ ਜੰਮਿਆ ਪੁੱਤ ਸਦਾਈ ਆ, ਮੈਂ ਰੋ ਕੇ ਉੱਚੀ ਪੁੱਬੀ ਦਿੱਤੀ ਹਾਲ ਦੁਹਾਈ ਆ, ਉਸਨੇ ਮੈਨੂੰ ਹੋਰ ਮਾਰ ਮਾਰੀ ਗੁੱਝੀ ਬੱਖੀ ਖੱਬੀ ਵਿੱਚ ਸੱਟ ਟਕਾਈ ਆ, ਮੈਂ ਕਿਹਾ ਡੁੱਬ ਮਰਾਂ ਕਿਸੇ ਵਿੱਚ ਨਦੀ, ਜੀਵਨ ਨਾਲੋਂ ਮਰਨਾ ਚੰਗਾ ਆਈ ਆ, ਜੇ ਕੋਈ ਟੁੱਟ ਜਾਂਦੀ ਹੱਡੀ ਮੇਰਾ ਸਾਥੀ ਸਾਥ ਨਾ ਕੋਈ ਰਖਾਈ ਆ, ਜੇ ਕੋਈ ਮੈਨੂੰ ਸਿਖਾ ਦੇਵੇ ਚੰਗੀ ਮੈਂ ਆਪਣੀ ਕਾਰ ਕਰਕੇ ਚੱਟ ਲਵਾਂ ਲੰਘਾਈ ਆ, ਮੈਨੂੰ ਘਰ ਦੇ ਰੋਟੀ ਨਹੀਂ ਦਿੰਦੇ ਮੰਗੀ ਦਬਕਿਆਂ ਨਾਲ ਦੁਲਕਾਈ ਆ, ਮੈਥੋਂ ਝੱਲੀ ਨਹੀਂ ਜਾਂਦੀ ਤੰਗੀ ਦੁਖੀਆਂ ਹੋ ਕੇ ਰਿਹਾ ਸੁਣਾਈ ਆ। ਫਿਰ ਵਿਚਾਰ ਆਈ ਮੈਂ ਸੁਣਦਾ ਖੁਦਾ ਪਰਮਾਤਮਾ ਬੜਾ ਟੰਗੀ, ਉਹ ਸਭ ਨੂੰ ਦੇਵੇ ਰਿਜ਼ਕ ਸਵਾਈ ਆ, ਗਰੀਬਾਂ ਦੀ ਕੱਟੇ ਤੰਗੀ ਦੁਖੀਆਂ ਦਾ ਦਰਦ ਮਿਲਾਈ ਆ, ਪਿੱਠ ਹੋਣ ਨਾ ਦੇਵੇ ਨੰਗੀ ਸਿਰੇ ਆਪਣਾ ਹੱਥ ਟਿਕਾਏ। ਰਵਿਦਾਸ ਕੇ ਕਿਉਂ ਮੈਨੂੰ ਪਈ ਮਾਰ, ਅੰਦਰੋਂ ਅੰਦਰ ਰਿਹਾ ਪਛਤਾਈ ਆ, ਜੇ ਕੋਈ ਮੈਂ ਸਿੱਖ ਲਵਾਂ ਵਿਹਾਰ ਆਪਣਾ ਬਲ ਤਰਾਈ ਆ, ਕਿਉਂ ਮੈਂ ਜੰਮਿਆ ਘਰ 'ਚ ਮਿਆਰ, ਚਮਰੇਟਾ ਮੇਰਾ ਪਿਤਾ ਮਾਈ ਆ, ਜਿਹੜਾ ਡੋਰਾਂ ਦਾ ਠੇਕੇਦਾਰ ਸਾਡੇ 3 ਰੁਪਈਏ ਦਿਹਾੜੀ ਰੋਜ਼ ਕਮਾਈ ਆ, ਅਸੀਂ 6 ਭੈਣ ਭਰਾ ਅਤੇ ਸਾਡਾ 7ਵਾਂ ਇੱਕ ਹੋਰ ਯਾਰ, ਜੋ ਬਾਲਿਆਂ ਵਾਂਗੂ ਬਾਲਾ ਹੋ ਕੇ ਸੋਹਣਾ ਪਿਆਰ ਵਿਖਾਈ ਆ। ਇੱਕ ਦਿਨ ਭਗਤ ਰਵਿਦਾਸ ਦੇ ਪਿਤਾ ਬਾਹਰ ਆਏ, ਇੱਕ ਬੱਚਾ ਰੋ ਰਿਹਾ, ਕਹਿੰਦੇ ਚੱਲ 6 ਪਲ ਰਹੇ ਨੇ, ਇਹ ਵੀ ਵਿੱਚ ਉਹਨੂੰ ਵੀ ਨਾਲ ਲੈ, ਬਹੁਤਾ ਟੱਬਰ ਕਰਕੇ ਸਾਨੂੰ ਦਿੰਦਾ ਨਹੀਂ ਕੋਈ ਦਾਲ, ਭੁੱਖੇ ਰਹਿ ਰਿਹਾ ਝੱਟ ਲੰਘਾਈ ਆ। ਇੱਕ ਦਿਨ ਕੋਲ ਚਲਾ ਗਿਆ ਲੁਹਾਰ, ਜਾ ਕੇ ਅਰਜ ਦਿੱਤੀ ਸੁਣਾਈ ਆ, ਜੇ ਕੋਈ ਮੈਨੂੰ ਰੰਬੀ ਬਣਾ ਦੇ ਯਾਰ, ਤੇਰਾ ਧੰਨ ਧੰਨ ਕਹਿ ਕੇ ਸ਼ੁਕਰ ਮਨਾਈ ਆ। ਉਹਨੇ ਘਰੋਂ ਦਿੱਤਾ ਦਰਕਾਰ, ਫੜ ਬਾਹੋਂ ਬਾਹਰ ਕਢਾਈ ਆ, ਗਰੀਬ ਨੂੰ ਕੋਈ ਨਹੀਂ ਦਿੰਦਾ ਬਣਾ ਗਿਆ ਬਾਈ, ਕਿੱਥੋਂ ਕਮਲਾ ਆ ਗਿਆ ਚਮਿਆਰ, ਐਵੇਂ ਰਿਹਾ ਸਤਾਈ ਆ, ਨਿਰਾਸ਼ਾ ਹੋ ਕੇ ਉਦਾਸੀ ਵਿੱਚ ਘਰੋਂ ਚਲਿਆ ਗਿਆ ਬਾਹਰ, ਟੁੱਟੀ ਚਾਦਰ ਹੇਠਾਂ ਲਈ ਵਸਾਈ ਆ। ਫਿਰ ਉਸਨੇ ਚਾਰੋਂ ਤਰਫ ਜਾ ਗਿਆ, ਨਮਸਕਾਰ ਕੀਤੀ, ਦੱਖਣ ਪਾਲ ਲੈਂਦੇ ਚੜ ਜਾ, ਜੇ ਤੂੰ ਗਰੀਬਾਂ ਦਾ ਯਾਰ, ਦੁਖੀਆਂ ਦਾ ਦਿਲਦਾਰ, ਨਿਮਾਣਿਆਂ ਦਾ ਛਾਲ, ਤੁਰਦਾ ਕਰਤਾਰ, ਕੁਦਰਤ ਦਾ ਮਾਲਕ, ਇੱਕ ਖਵਾਈ ਆ, ਇਹ ਸਾਰੀਆਂ ਤੇਰੀਆਂ ਸਿਫਤਾਂ ਨੇ ਪਰਮਾਤਮਾ, ਮੈਨੂੰ ਬਖਸ਼ ਕੋਈ ਰੁਜ਼ਗਾਰ, ਮੈਂ ਜ਼ਿੰਦਗੀ ਦੇ ਦਿਨ ਕੱਟ ਲਵਾਂ ਚਾਰ, ਇਹੋ ਮੇਰੇ ਅੰਦਰ ਭਾਈ ਆ। ਥੱਲਿਓਂ ਚਾਦਰ ਖਿੱਚ ਕੇ ਉੱਪਰ ਲਈ ਤਾਨ, ਨਾਲੇ ਰੋਵੇ ਨਾਲੇ ਕਹੇ ਮੇਰੇ ਭਗਵਾਨ, ਕਿਉਂ ਮੇਰੀ ਬੰਤ ਬਣਾਈ ਆ, ਜੇ ਤੂੰ ਮੈਨੂੰ ਬਣਾਇਆ ਇਨਸਾਨ, ਕੁਝ ਦੇ ਦੇ ਪੀਣ ਖਾਣ, ਦਿੰਦਿਆਂ ਤੈਨੂੰ ਤੋਟ ਰਹੇਗਾ ਲਾਈ ਆ। ਹੁਣ ਉਹ ਪਰਮਾਤਮਾ ਨੇ ਕਿਹਾ, ਉਸਨੇ ਕਿਹਾ, ਰਵਿਦਾਸ ਤੂੰ ਅਜੇ ਅਣਜਾਣ, ਤੇਰਾ ਲੈਣਾ ਦੇਣਾ ਫਿਰ ਵਿੱਚ ਜਹਾਨ, ਜਿਸ ਵੇਲੇ ਬਣ ਕੇ ਮਹਿਮਾਨ ਤੇਰੇ ਦਰ 'ਤੇ ਆਈ ਆ, ਐਵੇਂ ਮੇਰਾ ਨਿਸ਼ਾਨ, ਇੱਕ ਰੰਬੀ ਅਤੇ ਇੱਕ ਕਾਰ, ਜਿਸ ਨਾਲ ਚੱਲੇ ਤੇਰਾ ਵਿਹਾਰ। ਪਰਮਾਤਮਾ ਨੇ ਜਿਹੜੀ ਭਗਤ ਰਵਿਦਾਸ ਨੂੰ ਰੰਬੀ ਧਾਰ ਮਿਲੀ ਸੀ, ਉਹ ਕਿਸੇ ਲੁਹਾਰ ਤਰਖਾਣ ਨਹੀਂ ਬਣਾਈ ਸੀ,
ਉਹ ਉਸ ਪਰਮਾਤਮਾ ਨੇ ਆਪਣੀ ਜੋਤ ਸ਼ਬਦ ਦੀ ਤਾਲ ਨਾਲ ਬਣਾ ਕੇ ਦਿੱਤੀ। ਉਹ ਇਸ ਨੇ ਕਿਹਾ ਇਹ ਲੈ ਫੜ। ਉਸ ਵਿੱਚ ਕੀ ਹੋਇਆ, ਉਸ ਫੜ ਕੇ ਚਾਰ ਚਫੇਰੇ ਵੇਖਿਆ, ਕਿਸ ਘੜੀ ਲੁਹਾਰ, ਕਿਸ ਹੱਥਾਂ ਬਣਾਇਆ ਤਰਖਾਣ, ਕਿਸ ਮੁੱਠੀ ਦਿੱਤੀ ਲੰਘਾਈ ਆ, ਇਹ ਜਾਂ ਦੁਨੀਆ ਕੋਈ ਬਣਾ ਨਹੀਂ ਸਕਦਾ। ਉਹਦੇ ਵਿੱਚ ਇੱਕ ਅੱਖਰ ਮਿਲਿਆ ਜਿਸ ਉੱਤੇ ਲਿਖਿਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਹਿਨਸ਼ਾਹ ਦਾ ਸ਼ਹਿਨਸ਼ਾਹ, ਪਾਤਸ਼ਾਹ ਦਾ ਪਾਤਸ਼ਾਹ, ਤੇਰੇ ਉੱਤੇ ਦਿਆ ਕਮਾਈ ਆ। ਉਸਨੇ ਕਿਹਾ ਧੰਨ ਮਿਹਰਬਾਨ 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 ਤੇਰੀ ਬੇਪਰਵਾਹੀ ਆ। ਜਿਸ ਵੇਲੇ ਰੰਬੀ ਚੁੱਕ ਕੇ ਹੱਥ ਵਿੱਚ ਲੱਗਾ ਠਾਉਣ, ਉਹਨੂੰ ਆਇਆ ਇੱਕ ਗਿਆਨ ਸੁਰਤੀ ਆਪਣੀ ਲੈ ਅੰਗੜਾਈ ਆ, ਅੰਦਰੋਂ ਆਵਾਜ਼ ਆਈ ਬਿਨਾਂ ਜਵਾਨ, ਉੱਚੀ ਕੂਕ ਕਰੇ ਕਲਾਮ ਤੂੰ ਹੀ ਰਾਗ ਲਾਈ ਆ। ਰਵਿਦਾਸ ਚਾਰੂ ਕੁੱਟ ਮਾਰੇ ਧਿਆਨ, ਕੌਣ ਗਾਣਾ ਗਾਵੇ ਗਾਣ, ਨਜ਼ਰ ਨਾ ਆਵੇ ਕੋਈ ਇਨਸਾਨ, ਜੋ ਮੈਨੂੰ ਰਿਹਾ ਸੁਣਾਈ ਆ। ਉਹਨੇ ਤੈਨੂੰ ਹੌਲੀ ਜਿਹੀ ਸਿਰ ਵਿੱਚ ਇੰਝ ਕਰਕੇ ਧੱਫੜ ਮਾਰਿਆ, ਪ੍ਰਭੂ ਨੇ ਆਣ ਉਸਨੇ ਉਸਨੂੰ ਦਿਸ ਪਿਆ ਦੋ ਜਹਾਨ, ਅੰਦਰੋਂ ਖੁਸ਼ੀ ਅਤੇ ਬਾਹਰੋਂ ਨੇਤਰ ਨੀਰ ਬਹਾਨ, ਵਾਹਵਾ ਤੇਰੀ ਬੇਪਰਵਾਹੀ ਆ। ਪ੍ਰਭੂ ਨੇ ਕਿਹਾ ਚੁੱਪ ਨਾ ਬੋਲੀ ਜਵਾਨ, ਜੇ ਬੋਲਿਆ ਤਾਂ ਸ੍ਰਿਸ਼ਟੀ 'ਤੇ ਆ ਜਾਊ ਤੂਫਾਨ, ਦ੍ਰਿਸ਼ਟੀ ਕਿਸੇ ਦੀ ਸਾਬਤ, ਰਹਿਣ ਕੋਈ ਨਾ ਪਾਈ, ਆਰਡਰ ਦੇ ਦਿੱਤਾ। ਜਿਸ ਵੇਲੇ ਰਾਵਿਦਾਸ ਹੱਥ ਵਿੱਚ ਫੜੀ ਰੰਬੀ, ਰਾਮ ਰਹੀਮ ਨਜ਼ਰੀ ਆ ਗਈ ਆ, ਉੱਧਰੋਂ ਭੱਜੀ ਆ ਗਈ ਉਹਦੀ ਅੰਮੀ ਜਿਸ ਨੇ ਧੱਕਾ ਦਿੱਤਾ ਲਾਈ ਆ। ਮਾਵਾਂ ਨੂੰ ਬੜਾ ਦੁੱਖ ਹੁੰਦਾ, ਧੱਫੜ ਵੀ ਮਾਰਿਆ, ਮੱਖੀ 'ਚ ਵੀ ਛੱਟੀ, ਅਤੇ ਲੋੜੇ ਦੀ ਮੇਰਾ ਪੁੱਤਰ ਕਿਤੇ ਚਲਾ ਗਿਆ। ਉਸਨੂੰ ਬੈਠਾ ਡੋਲ ਵੇਖ ਕੇ ਕੰਬੀ, ਹਾਏ ਸਦਾਈ ਤੂੰ ਪਰੇ ਹੋ ਗਿਆ ਸਦਾਈ ਆ। ਉਹਨੂੰ ਵੇਖ ਕੇ ਰਵਿਦਾਸ ਨੇ ਆਪਣੇ ਗੋਡਿਆਂ ਉੱਤੋਂ ਫਾੜ ਦਿੱਤੀ ਤੰਬੀ, ਜਾਮਾ ਲੀਰੋ ਲੀਰ ਵਿਖਾਈ ਆ। ਉਹਨੇ ਵੀ ਆਪਣਾ ਡਰਾਮਾ ਕਰ ਦਿੱਤਾ। ਉਸੇ ਦੀ ਮਾਂ ਨੇ ਕਿਹਾ ਅੱਜ ਇਹਨੂੰ ਕੋਈ ਹੋਰ ਮਿਲ ਗਿਆ ਪਖੰਡੀ, ਜਿਹੜਾ ਉਲਟਾ ਰਾਹ ਗਿਆ ਵਿਖਾਈ ਆ। ਉਸਨੇ ਆਪਣੀ ਪਿੱਠ ਕਰਕੇ ਨੰਗੀ, ਪੂਰੇ ਹੱਥ ਦੀ ਪਿੱਛੇ ਦੁਹਾਚੜ ਦਿੱਤੀ ਲਾਈ ਆ। ਮੇਰੇ ਪ੍ਰਭੂ ਦੀ ਮੇਰੇ ਪਿੱਠ ਉੱਤੇ ਮੰਜੀ ਸਿੰਘਾਸਨ, ਸੋਹਣਾ ਇੱਕ ਸਵਾਈ ਹੈ। ਮੰਮੀ ਨੂੰ ਕਹਿੰਦਾ ਕਿ ਮੇਰੇ ਤੇ ਸਾਹਿਬ ਨੇ ਮੇਰੇ ਉੱਪਰ ਮੰਜੀ ਲਾ ਲਈ ਹੈ। ਰਵਰਾਤ ਹੱਥ ਵਿੱਚ ਫੜ ਲਈ, ਆਰ ਆਰ ਪਾਰ ਵੇਖ ਵਿਖਾਈ ਆ, ਜਿਸ ਦੀ ਨੋਕ ਉੱਤੇ ਸੋਹੰਗ ਧਾਰ, ਤੂੰ ਮੇਰਾ ਮੈਂ ਤੇਰਾ, ਪਾਰ ਬ੍ਰਹਮ ਬ੍ਰਹਮ ਲਈ ਸਮਝਾਈ ਆ। ਉਸ ਉਲਟਾ ਕਰਕੇ ਤੱਕਿਆ ਨਜ਼ਰ ਆਇਆ, ਨੇ ਕਲੰਕ ਕਲਕਲ ਕੀ ਉਤਾਰ, ਜੋ ਕਾਲਕ ਟਿੱਕੇ ਦੇ ਵਧਾਈ ਆ। ਰਵਿਦਾਸ ਨੇ ਉਸੇ ਵੇਲੇ ਰੰਬੀ ਨੂੰ ਕਰਕੇ ਨਮਸਕਾਰ, ਉਸ ਆਰ ਨਾਲ ਧੂੜੀ ਟਿੱਕਾ ਮਸਤਕ ਲਾਈ ਸ਼ਾਦ, ਥੋੜ੍ਹੀ ਜਿਹੀ ਅੰਦਰ ਦਿੱਤੀ ਖੁਆਈ ਆ, ਮੱਥੇ ਵਿੱਚ ਉਸਨੇ ਲਾਈ ਲਹੂ ਦੀ ਥਾਂ ਜੋਤ ਜਗੀ ਨਰਕਾਰ, ਨੂਰੋ ਨੂਰ ਡੱਗ ਮੰਗਾਈ, ਦਸਵਾਂ ਦੁਆਰ ਖੁੱਲ੍ਹ ਗਿਆ, ਮੇਰ ਹੋ ਗਈ। ਅੰਦਰੋਂ ਗੁਲਸ਼ਨ ਅੰਦਰੇ ਬਹਾਰ, ਅੰਦਰੇ ਮੁਰੀਦ ਅੰਦਰੇ ਮੁਰਸ਼ਦ ਦੇ ਦਰਾਰ, ਬਾਹਰੋਂ ਮਿਲਣ ਦੀ ਫੁਰਸਤ ਰਹੀ ਨਾ ਰਾਈ ਆ। ਫਿਰ ਸੋਚਿਆ ਕਿਸ ਕੰਮ ਆਵੇ ਰੰਬੀ ਇਹ ਆਰ, ਖਾਲੀ ਹੱਥਾਂ ਉੱਤੇ ਰਿਹਾ ਟਕਾਈ, ਕਹਿੰਦੇ ਕਿਹੜਾ ਕੰਮ ਆਇਆ। ਉਹਨੇ ਚਿਰ ਨੂੰ ਅਵਲਾਸੀ ਕਰਤੇ, ਕੰਨ ਤੂੰ ਫੜ ਕੇ ਹਲੂਣਾ ਦਿੱਤਾ ਮਾਰ, ਕਰਕੇ ਖਬਰਦਾਰ ਉੱਠ ਵੇਖ ਦਿਲਦਾਰ, ਦਿਲਦਾਰ ਜਾਨੀ ਦਿਆ ਕਮਾਈ ਆ। ਉਹ ਵੇਖ ਆਦਿ ਸ਼ਕਤ ਖੜੀ ਨਾਲ ਮੁਟਿਆਰ, ਦੁਰਗਾ ਦੋਵੇਂ ਹੱਥ ਬੱਧੇ, ਨੇਤਰ ਨੀਰ ਬਹਾਵੇ ਯੋਰੋ ਯਾਰ, ਲਾਲ ਭੂਸ਼ਣ ਤਨ ਬਣਾਈ ਆ। ਉਹ ਦੇ ਕਹਿੰਦੀ ਹੈ ਮੇਰੇ ਕੱਚੇ ਤੰਦ ਦੇ ਨਾਲ ਕਰ ਪਿਆਰ, ਜਿਸਦੀ ਗੰਢ ਪਵੇ ਜੁਗਚਾਰ, ਨੇਤਰ ਵੇਖ ਨਾ ਸਕੇ ਕੋਈ ਸੰਸਾਰ, ਬੰਧਨ ਤੁਰਦਾ ਦੇਵਾਂ ਪਾਈ ਆ। ਰਵਿਦਾਸ ਕਿਹਾ ਇਹਦੀ ਕੀ ਕੀਮਤ, ਕਿਤਨਾ ਤੋਲਿਆਂ ਵਿੱਚ ਭਾਰ, ਲੰਬਾ ਕਿੰਨਾ ਲਿਆ ਬਣਾਈ ਆ। ਉਹਨੇ ਕਿਹਾ ਇਹ ਧੁਰ ਦੀ ਸੁਆਣੀ ਲਿਆਈ ਕਰਕੇ ਤਿਆਰ, ਜਿਸਦਾ ਤੰਦ ਟੁੱਟੇ ਨਾ ਵਿੱਚ ਸੰਸਾਰ, ਜੋੜੇ ਗੰਢਦਾ ਰਹੀ ਜੁਗਚਾਰ, ਤੈਨੇ ਸਭ ਦੀ ਠੀਕ ਕਰਾਈ ਆ। ਇਹ ਉਨਾ ਚਿਰ ਰਹੇ ਤੇਰੇ ਨਾਲ ਜਿੰਨਾ ਚਿਰ ਨਿਰਗੁਣ ਹੋ ਕੇ ਆਏ ਨਾ ਦਿਲ ਦਿਆਲ, ਤੇਰੇ ਮੰਦਰ ਅੰਦਰ ਬਹਿ ਕੇ ਵੇਖੇ ਤੇਰਾ ਹਾਲ, ਹਾਲਤ ਪਿਛਲੀ ਦੇ ਜਨਾਈ ਆ। ਅੱਗੋਂ ਫਿਰ ਉਦਾਸ ਨੇ ਕੀਤਾ ਸਵਾਲ, ਆਪਣੀ ਆਸ਼ਾ ਦਿੱਤੀ ਪ੍ਰਗਟਾਈ ਆ, ਇਹਨੂੰ ਮੈਂ ਰੱਖਣਾ ਕਿੱਥੇ ਸੰਭਾਲ, ਮੈਥੋਂ ਚੋਰ ਯਾਰ ਠੱਗ ਲੁੱਟ ਕੋਈ ਨਾ ਜਾਈ ਆ। ਆਦਸ਼ਤ ਕਿਹਾ ਆਪਣੇ ਖੱਬੇ ਚਰਨ ਦੇ ਅੰਗੂਠੇ ਨਾਲ ਮਾਰੀ ਬਲ ਚਾਰ, ਸਭਾ ਗਿੱਠ ਖਿੱਚ ਕੇ ਫਿਰ ਆਪਣੇ ਨਾਲ ਮੁੱਖ ਲਗਾਈ ਆ। ਇਹ ਦਿਵਸ ਰਹਿਣ ਵੱਜਦਾ ਰਹੇ, ਦੁੱਗਣੇ ਤੂੰ ਚੁਗਣਾ ਜਿਸ ਦੀ ਗਿਣਤੀ ਦਾ ਨਹੀਂ ਸਮਾਰ, ਨਾਪਾਂ ਵਿੱਚ ਨਾਪ ਨਾ ਕੋਈ ਕਰਾਈ ਆ। ਉੱਧਰੋਂ ਆਵਾਜ਼ ਆਈ ਹਰ ਕਰਤਾਰ, ਸ਼ਬਦੀ ਰਾਗ ਸੁਣਾਈ ਆ, ਇਹਦੀ ਸੇਵਾ ਦਸਾਂ ਪਾਰ ਹੁਕਮ ਨਾਲ ਲੰਘਾਈ ਆ। ਦਸਾਂ ਦਾ ਲੇਖਾ ਵੀਹਾਂ ਦਾ ਆਧਾਰ, ਚੱਟ ਇਸੇ ਨਾਲ ਲਗਾਈ ਆ। ਜਿਸ ਵੇਲੇ ਤੇਰਾ ਖੇੜਾ ਬਾ ਬੇੜਾ ਹੋਵੇ ਤਿਆਰ, ਬੇੜਾ ਖੁੱਲ੍ਹਾ ਦਿਆਂ ਵਿਖਾਈ ਆ, ਸਾਰੇ ਇਕੱਠੇ ਕਰਕੇ ਯਾਰ ਜਰਾਨਾ ਨੁਰਾਨਾ ਜਿਵੇਂ ਸਮਾਨਾ ਤੇਰੇ ਨਾਲ ਲਿਖਾਈ ਆ। ਬਾਕੀ ਭਗਤ ਵੀ ਆ ਜਾਣਗੇ। ਜਿਸ ਵੇਲੇ ਰਵਿਦਾਸ ਰੰਬੀ ਦਾ ਉਤਰਾ ਵੇਖਿਆ, ਹੱਥਾਂ ਚੌੜੇ ਸਿਰ ਵਾਲਾ ਨਜ਼ਰੀ ਆਈ ਆ, ਉਸਦੇ ਵਿੱਚ 994 ਅੱਖਾਂ ਯੁੱਗ ਚੌਂਕੜੀ ਦਾ ਲੇਖਾ ਰਿਹਾ ਸਮਝਾਈ ਆ। ਨਾਲੇ ਦਿਸਣ ਉਹ ਰਵਿਦਾਸ ਤੂੰ ਅਜੇ ਨਿੱਕਾ ਜਿਹਾ ਬੱਚਾ,
तन माटी का कच्चा, तेनू नहीं पता की करे तेरा बेपरवाही आ। तू पिछला चेता याद नहीं रखा जिस वेले होया से सनमुखा, ब्रह्मे का बेटा नजरी आ गया। हुण मिल गया फिर मसा मसा, मुठ कहे मैं नाल खुशियां दे हसा, दिलू जानी मैं तेरे नाल वसा, बचोड़ा रहन कोई ना पाई। फिर कहिंदा हत्था हत्था कहे इस रंबी दी वेख पिछली तरफ, रविदास पिछे होके ध्यान लगाईया, जिसके उत्ते लिखा इको अरफ, हू बू सोहंग नजरी आईया। उसके उत्ते लगा सी एक सोहना जिहा बरक, ना चांदी ना सोना, बनाउण वाला सुनियार नज़र कोई ना आईया। नाले लिखी सी उसके उत्ते ये शर्त, जिस वेले परम पुरख परमेश्वर आवे परत, मान वडियाई देवे उत्ते तरत, धरनी हौला पार कराईया। इस तरह का लेख सी अगे आर कहे रविदास, देख मेरे अध अदवाटे बैठा तुर दरगाई, जिस वेले तू तू लावी सट, थल्यों दे दवाई आ, उस वेले उदी खुले अख तेरे वल ध्यान लगाई आ। जे डोलन लगी तेनू दस देवान सच, झूठ कम किसे ना आई आ, जे तेरा अंदरू मन जाए नच, फड़के मूँह दे भार चटाई आ, सिर ते रख अपना हथ, हथेली तेरे नाल कसाई आ, तू मेरा मैं तेरे बस, जहाना मैदाना पवे ना कदे जदाई आ। हुण अगे दस्ता की कहिंदा है, दस्ता कहे मेरे उत्ते वेखो चढ़िया सला, चार कुंट बैठा घेरा पाई आ, उहदे अंदर वेखी उहदी राणी अल्ला, खुली गुत देवे हाल दवाई आ। उसने सत रंग निशान दा मेरे वल सुट दिता पला, कन्नी मेरे हथ फड़ाई आ। हुण महाराज जी ने सत रंग दा निशान साहब सत्तां दीपां वास्ते भगतां दे घर घर चलाण वास्ते दे दिता है। रंभी कहे वह वेख अपनी फटी चादर, जिहड़ी सत्तां गंढां नाल जड़ाई आ, जिहड़ी मैं चादर ले गई। सत रंग दा मालक उत्ते बैठा करीम कादर, करता बेपरवाही आ सत्तां जोतां दा मालक, तैनू देवने आया आदर, मेर नज़र इक उठाई आ। फिर आवाज़ आई ये रवि तेरी नहीं, ये तेग बहादुर की चादर, जिसका राह चांदनी चौंक टकाई आ, जिसका सुत होना उजागर गोविंद मिले वडियाई आ, उसने मनना मेरा आर्डर, हुक्म शीस नवाई। गुरु गोबिंद ने लेखा चुकाना मकतूल कातल, दो जहाना वेख बकाई आ। फिर कहिंदा लिख तो बड़ी लंबी है, लेकिन कुछ लाइना आप जी के चरणों में लिखने हैं। जिस वेले रंबी की अगली लगी नोक, थोड़ा मुख सवाई आ, उस वेले जाग पे 14 लोग, 14 तबक लैन अंगड़ाई आ। रविदास ने गाया अंदरों सोहंग श्लोक, तू मेरा मैं तेरा, सदा चला तेरी रजाई आ। पुरख अकाल कहा तू ना जाने, तू मेरा मैं तेरी जोत, जोत नाल मेरी रचनाई आ। अंदर वड़ के वेख तेरी मेरी इको गोत, दूजा बचन ना कोई बनाई आ, मैंने ऊँ जापदा रविदासा, कदे तेरे नाल मिलके मालनी मौज, मजलस भगतों बच्चे लगाई आ। ओ भलाईपुर बड़ी मजलस लगी जदों भगत रविदास से परमात्मा आए, फिर उत्थे करांगे कोई होर सोच, जिस विद नाल कलयुग सतयुग रूप बटाई आ। कलयुग नूं सतयुग किस तरह किया, पहली चेतन 1965 उस दिन उत्थे लगा दिता सर जी। रविदास कहा मैं की जाना तेरी खोज, तू खोजियां हथ किसे ना आई आ। पुरख अकाल कहा मैं नित दर्शन देवा रोज़, तेरे दर्श दी रोज़ अपने उपर आई आ। हुण फिर रविदास कहिंदा है, रविदास कहिंदा जन भगतो कहण वेखो, कर आया प्रभु शूम, जिसने गंढ न कदे खुलाई आ। युग चौंकड़ी बच्चे रोंदे गए मासूम, थोड़ी थोड़ी बस ममूली बात बताई आ, बाकी सबनू करके महरूम, खाली हथ रहा फिराई आ। रविदास कहे मैनू रीति दी मालूम, बिना मंगिया किसे नू देवे कुछ न राई आ। मंगन दा तरीका होना चाहिए। सुदामे दी पत्नी कहती है ये कृष्ण महाराज, ये तेरा सेवक है, तेरे को सब कुछ है, तू दो जहान दा राजे नू दे। और सुदामे नू कहती है तू मंग। सुदामा कहता मेरी भी ये है, ये जानता नहीं है कि मेरा दोस्त है कि मेरी क्या हालत है, ये अपने आप देगा। लेकिन श्री कृष्ण जी कहते हैं कि मेरा भी यह कानून है, जिन्हें चिर कोई मंगे मैं दिंदा नहीं, इस करके मंगना तो जरूर पैना है। मंगन वास्ते वो कहता है परमात्मा, मंगते मंगते नहीं जाना थक, प्रभु को मंगना तुहाडा हक हक हक, बेटे का हक है पिता को मंगना। फिर परमात्मा कहता मैं देंदे देंदे कदे ना जावा थक, थकावट में कदे ना आई आ, तुम मंगते मंगते जाना थक, तो पता नहीं लगना और क्या मंगना है, लेकिन मैं नहीं थकता। इस करके परमात्मा इतने भी वो कह रहे हैं
ਰਵਿਦਾਸ ਕਹੇ ਮੈਨੂੰ ਰੀਤੀ ਦੀ ਮਲੂਮ, ਬਿਨ ਮੰਗਿਆ ਕਿਸੇ ਨੂੰ ਦੇਵੇ ਕੁਛ ਨਾ ਰਾਈਆ। ਇਹਦਾ ਸਭ ਤੋਂ ਵੱਖਰਾ ਕਾਨੂੰਨ, ਜਿਸਦਾ ਲਾ ਨਾ ਕੋਈ ਸਮਝਾਈ ਹੈ, ਇਹਦਾ ਇਹ ਵਾਲਾ ਕਾਨੂੰਨ ਹੈ, ਉਹ ਕੋਈ ਕਚਹਿਰੀ ਦਾ ਵਕੀਲ, ਕੋਈ ਜੱਜ ਨਹੀਂ ਦੱਸ ਸਕਦਾ। ਇਹ ਪਰਮਾਤਮਾ ਦਾ ਆਪਣਾ ਹੀ ਦਾ ਕਾਨੂੰਨ ਹੈ। ਤਾਂ ਵੀਰੋ, ਇਹ ਭਗਤ ਰਵਿਦਾਸ ਹੈ। ਹੁਣ ਇੱਕ ਥੋੜ੍ਹਾ ਜਿਹਾ ਹੋਇਆ, ਜਿਸ ਵੇਲੇ ਰੰਬੀ ਦੀ ਅਗਲੀ ਲੱਗੀ ਨੋਕ ਥੋੜ੍ਹਾ ਮੁੱਖ ਸਵਾਈ ਆ, ਉਸ ਵੇਲੇ ਜਾਗ ਪਏ 14 ਲੋਕ, 14 ਤਪਕ ਲੈਣ ਅੰਗੜਾਈ ਆ। ਰਵਿਦਾਸ ਨੇ ਗਾਇਆ ਅੰਦਰੋਂ ਸੋਹੰਗ ਸਲੋਕ, ਤੂੰ ਮੇਰਾ ਮੈਂ ਤੇਰਾ, ਸਦਾ ਚਲਾਂ ਤੇਰੀ ਰਜਾਈ ਆ। ਪੁਰਖ ਅਕਾਲ ਕਿਹਾ ਤੂੰ ਨਾ ਜਾਣੀ, ਤੂੰ ਮੇਰਾ ਮੈਂ ਤੇਰੀ, ਜੋਤ ਨਾਲ ਮੇਰੀ ਰਸਨਾਈ ਆ, ਅੰਦਰੋਂ ਵੜ ਕੇ ਵੇਖ ਤੇਰੀ ਮੇਰੀ ਇੱਕੋ ਗੋਤ। ਅਤੇ ਪਹਿਲਾਂ ਵੀ ਹੋ ਗਿਆ, ਅਜੇ ਕਹਿੰਦਾ ਹੁਣ ਰੰਬੀ ਕਹਿੰਦੀ ਹੈ ਜਿੱਦਾਂ ਤੂੰ ਚਲਾ ਜਾਏਂਗਾ ਉਸ ਤੋਂ ਬਾਅਦ ਸਾਡਾ ਕੀ ਵਿਹਾਰ ਹੋਇਆ। ਰੰਬੀ ਕਹੇ ਫਿਰ ਸਾਡਾ ਕੀ ਵਿਹਾਰ, ਜੇ ਤੂੰ ਨਾ ਰਹੇ ਹੋ ਚੁਮਿਆਰ, ਅਸੀਂ ਕਿਹੜੀ ਕਰੀਏ ਕਾਲ, ਸਾਨੂੰ ਦੇ ਸਮਝਾਈ ਆ। ਰਵਿਦਾਸ ਕਿਹਾ ਮੇਰਾ ਪ੍ਰਭੂ ਹੋਵੇ ਦਿਆਲ, ਤੁਹਾਨੂੰ ਮਾਰਗ ਦੇ ਸਖਾਲ, ਪ੍ਰਤੱਖ ਵਿਖਾ ਕੇ ਆਪਣੇ ਲਾਲ ਨੇਤਰ ਨੈਣ ਆ ਕੇ ਕੁਲਾਈ ਆ, ਤੁਸਾਂ ਸੇਵਾ ਕਰਨੀ ਬਾਰੋ ਬਾਰ, ਅੰਦਰ ਵੜ ਕੇ ਚੁਪੇ ਦੇਣੇ ਮਾਰ, ਆਰ ਤੇਰੀ ਇਹ ਵਡਿਆਈ ਆ। ਰੰਬੀ ਤੂੰ ਕੂੜ ਕਢਿਆਰਾ ਦੇਣਾ ਪਾੜ, ਅੰਦਰੋਂ ਸਾਫ਼ ਕਰਨੀ 72 ਨਾਲ, ਬਾਹਰ ਕੱਢਣਾ ਕ੍ਰੋਧ ਹੰਕਾਰ, ਸ਼ੈਤਾਨ ਤੇਰੇ ਹੁੰਦਿਆਂ ਰਹਿਣ ਕੋਈ ਨਾ ਪਾਈ ਆ। ਡੋਰੀ ਤੂੰ ਮਿਲਾਉਣਾ ਉਹ ਸਾਂਝੇ ਯਾਰ, ਜਿਸਦੀ ਗੰਢ ਰਹੇ ਜੁਗਚਾਰ, ਜਿਸਦਾ ਵਿਛੋੜਾ ਮਿਲ ਕੇ ਵਿਛੋੜਿਆਂ ਵਿੱਚੋਂ ਬਾਹਰ ਨਜ਼ਰੀ ਆਈ ਆ। ਇਹਨਾਂ ਨੂੰ ਭਗਤ ਰਵਿਦਾਸ ਨੇ ਕੰਮ ਦੱਸ ਦਿੱਤਾ, ਆਰ ਨੂੰ ਵੀ ਰੰਬੀ ਨੂੰ ਵੀ ਉਹ ਵੀ ਹੈ। ਫਿਰ ਅੱਗੇ ਇੱਕ ਨੇ ਕਹਿੰਦਾ ਹੈ, ਜੇ ਕੋਈ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ, ਪਾਤਸ਼ਾਹ ਦਾ ਪਾਤਸ਼ਾਹ, ਰਾਜਿਆਂ ਦਾ ਰਾਜਾ, ਮੇਰੇ ਭਗਤਾਂ ਨੂੰ ਆਪਣੀ ਬੇਟੀ ਦਾ ਦੇਣ ਆਵੇ ਸਗਨ, ਮੇਰਾ ਭਗਤ ਧੱਕੇ ਨਾਲ ਪਰੇ ਸੁਟਾਈ ਆ, ਮੈਨੂੰ ਉਸਦੀ ਲੱਗੀ ਲਗਨ, ਜਿਹੜਾ ਅੰਦਰ ਬਾਹਰ ਸੇਜ ਹੰਡਾਈ ਆ, ਮੈਂ ਆ ਕੇ ਉਸ ਮਾਝ ਦੇ ਵਤਨ ਆਪਣਾ ਪਤਾ ਦਿੱਤਾ ਗਵਾਈ ਆ। ਇਹ ਭਰਾਵੋ ਸਾਰੀ ਉਹਦੀ ਮਿਹਰ ਤਾਂ ਦਿਆ ਜਿਹਾ ਹੈ, ਇਹ ਇਤਨੀ ਬਾਣੀ ਹੈ। ਦਾਸ ਨੇ ਕੁਛ ਲੈਣਾ ਹਰ ਬਾਣੀ ਦੀਆਂ, ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਨੇਕ ਲੰਕ ਦੀ, ਆਪ ਜੀ ਨੂੰ ਦਾਸ ਨੇ ਭੇਟ ਕੀਤੀ ਹੈ, ਸੁਣਾਇਆ ਹੈ। ਚੰਗੀ ਲੱਗੇ ਕਿਸੇ ਨੂੰ ਤਾਂ ਦੂਸਰੇ ਵੀਰ ਨੂੰ ਵੀ ਸੁਣਾ ਦੇਣਾ। ਜੇ ਕੋਈ ਲਫ਼ਜ਼ ਜਿਹਦੇ ਵਿੱਚ ਐਸਾ ਲੱਗਿਆ ਕਿ ਜਿਹਦੇ ਵਿੱਚ ਹੈਰਾਨਗੀ ਹੈ ਜਾਂ ਨਹੀਂ ਹੋ ਸਕਦਾ ਜਾਂ ਕਿਸ ਤਰ੍ਹਾਂ ਦੀ ਗੱਲ ਹੈ, ਤਾਂ ਦਾਸ ਨੂੰ ਰਿੰਗ ਕਰਿਓ, ਵੀਰੋ ਅਸੀਂ ਵੀ ਆਪ ਨੂੰ। ਔਰ ਜੇ ਤੁਸੀਂ ਪੂਰੀ ਬਾਣੀ ਪੜ੍ਹਨੀ ਹੈ ਭਗਤਾਂ ਦੀ, ਭਗਤ ਰਵਿਦਾਸ ਦੀ, ਦੂਸਰੇ ਬਾਲਮੀਕ ਦੀ, ਧੰਨਾ ਭਗਤ ਦੀ, ਨਾਮਾਂ ਦੀ, ਇਹ ਬਾਰੋ ਬਾਰੀ ਤਾਂ ਅਸੀਂ ਭੇਜਾਂਗੇ, ਲੇਕਿਨ ਤਾਂ ਤੁਸੀਂ ਵੈਬਸਾਈਟ ਨੋਟ ਕਰੋ, ਨੇਕ ਲੰਚ ਹਰ ਸ਼ਬਦ .com, ਇਹ ਕੱਢ ਲਓ। ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਹਰ ਬਾਣੀ ਪੜ੍ਹੋ, ਪਰਮਾਤਮਾ ਨਾਲ ਜੁੜੋ। ਹਰ ਬਾਣੀ ਇੱਕ ਮਧਾਣੀ ਹੈ ਜਿਹੜੀ ਮੱਖਣ ਕੱਢਦੀ ਹੈ, ਹਰ ਬਾਣੀ ਪਰਮਾਤਮਾ ਨਾਲ ਮਿਲਾਉਂਦੀ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ਕਿਹਾ, ਇੱਕ ਮੱਥਾ ਦਿੱਤੀ ਸੀ ਇਹਦੀ ਕੋਈ ਨਾ ਲਿਓ ਕੀ, ਇਹ ਉਸਨੇ ਉਸ ਵੇਲੇ ਦੱਸ ਲਿਆ ਕਿ ਜੇ ਪਰਮਾਤਮਾ ਨੂੰ ਮਿਲਣਾ, ਹਲੀਮੀ ਵਿੱਚ, ਗਰੀਬੀ ਵਿੱਚ, ਨਰਮੀ ਵਿੱਚ ਰਹੋ ਵੇ ਸੰਸਾਰ, ਨਹੀਂ ਤਾਂ ਮੱਥੇ ਟੇਕਦੇ ਰਹੋ ਦਿਨ ਰਾਤ, ਮੱਥੇ ਟੇਕਿਆ ਹੱਥ ਕੁਛ ਨਾ ਆਏ। ਗੀਤਾ ਵਿੱਚ ਵੀ ਉਹ ਗਿਆਨ ਹੈ, ਅਗਰ ਉਹਨੂੰ ਅਡਾਪਟ ਕਰ ਲਈਏ ਤਾਂ ਜ਼ਰੂਰ ਸੁਣਨ ਵਾਲੇ ਨੂੰ ਸਤਿਗੁਰੂ ਦਾ ਪਾਠ ਇਹਨੇ ਮੈਂ ਕੀਤਾ। ਇਹਨਾਂ ਲਫ਼ਜ਼ਾਂ ਨਾਲ ਵੀਰੋ, ਅਸੀਂ ਵੀ ਚਾਹੁੰਦੇ ਹਾਂ ਕਿ ਵੀਡੀਓ ਲੰਬੀ ਨਾ ਹੋ ਜਾਏ, ਤੁਹਾਡਾ ਇੰਨਾ ਜ਼ਿਆਦਾ ਟਾਈਮ ਵੇਸਟ ਨਾ ਹੋਏ, ਇਸ ਕਰਕੇ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।